ਵਿੱਕੀ ਗੌਂਡਰ ਦਾ ਇਨਕਾਊਂਟਰ ਕਰਨ ਵਾਲੇ ਇੰਸਪੈਕਟਰ ਨੂੰ ਜਾਨੋ ਮਾਰਨ ਦੀ ਧਮਕੀ। ਇੰਸਪੈਕਟਰ ਵਿਕਰਮ ਬਰਾੜ ਅਤੇ ਉਹਨਾਂ ਦੇ ਪਿਤਾ ਦੀ ਤਸਵੀਰ ਤੇ ਲਿਖਿਆ ਗੱਦਾਰ। ਵਿੱਕੀ ਗੌਂਡਰ ਦੇ ਇਨਕਾਊਂਟਰ ਤੋਂ ਬਾਅਦ ਬੌਖਲਾਹਟ ਵਿੱਚ ਆਏ ਗੈਂਗਸਟਰਾਂ ਵੱਲੋਂ ਸੋਸ਼ਲ ਮੀਡੀਆ ਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਬਾਅਦ ਪੁਲਿਸ ਨੇ ਸੁਰੱਖਿਆ ਚੌਕਸੀ ਵਧਾਈ ਹੋਈ ਹੈ। ਪਰ ਹੁਣ ਵਿੱਕੀ ਗੌਂਡਰ ਸਰਾਵਾ ਬੋਦਲਾ ਨਾਂ ਦੀ ਫੇਸਬੁੱਕ ID ਤੋਂ ਗੌਂਡਰ ਦਾ ਇਨਕਾਊਂਟਰ ਕਰਨ ਵਾਲੇ ਇੰਸਪੈਕਟਰ ਵਿਕਰਮ ਬਰਾੜ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ। ਫੇਸਬੁੱਕ ਤੇ ਪਾਈ ਗਈ ਪੋਸਟ ਵਿੱਚ ਲਿਖਿਆ ਗਿਆ ਹੈ, ਸਭ ਵੀਰਾਂ ਤੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ, ਅੱਜ ਯਾਰੀ ਲਾ ਕੇ ਗੱਦਾਰੀ ਕਰ ਗਿਆ ਵਿਕਰਮ ਬਰਾੜ ਸਾਡੇ ਵੀਰਾਂ ਨਾਲ, ਇਹਨੂੰ ਬਹੁਤ ਜਲਦ ਵੀਰਾਂ ਕੋਲ ਭੇਜ ਦਿੱਤਾ ਜਾਊਗਾ, ਇਹ ਸਾਡਾ ਵਾਅਦਾ ਹੈ ਸਾਡੇ ਵਿੱਕੀ ਪ੍ਰੇਮੀ ਅਤੇ ਬੁੱਢਾ ਵੀਰ ਨਾਲ, ਜੋ ਇਹਨਾਂ ਨੇ ਕੀਤਾ ਬਹੁਤ ਮਾੜਾ ਕੀਤਾ, ਅਸੀਂ ਬਦਲਾ ਬਹੁਤ ਜਲਦੀ ਲਵਾਂਗੇ। ਸੋਸ਼ਲ ਮੀਡੀਆ ਤੇ ਦਿੱਤੀ ਇਸ ਧਮਕੀ ਵਿੱਚ ਵਿਕਰਮ ਬਰਾੜ ਅਤੇ ਉਸਦੇ ਪਿਤਾ ਰਵਿੰਦਰ ਬਰਾੜ ਦੀ ਤਸਵੀਰ ਨੂੰ ਗੱਦਾਰ ਲਿਖ ਕੇ ਸ਼ੇਅਰ ਕੀਤਾ ਗਿਆ ਅਤੇ ਦੋਵਾਂ ਨੂੰ ਸਿੱਖ ਮੁੰਡਿਆਂ ਦਾ ਕਾਤਲ ਦੱਸਿਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿੱਕੀ ਗੌਂਡਰ ਦੇ ਮਾਮਾ ਗੁਰਭੇਜ ਸਿੰਘ ਨੇ ਵੀ ਪੁਲਿਸ ਇੰਸਪੈਕਟਰ ਵਿਕਰਮ ਬਰਾੜ ਨੂੰ ਗੌਂਡਰ ਦਾ ਕਲਾਸਮੇਟ ਦੱਸਦਿਆਂ ਦੋਵਾਂ ਨੂੰ ਇੱਕ ਦੂਜੇ ਦੇ ਸੰਪਰਕ ਵਿੱਚ ਹੋਣ ਦੀ ਗੱਲ ਆਖੀ ਸੀ ਅਤੇ ਇੰਸਪੈਕਟਰ ਬਰਾੜ ਦੇ ਧੋਖੇ ਨਾਲ ਗੌਂਡਰ ਨੂੰ ਮਾਰਨ ਦਾ ਦੋਸ਼ ਲਗਾਇਆ ਗਿਆ ਸੀ। ਜਦਕਿ ਦੂਜੇ ਪਾਸੇ ਇੰਸਪੈਕਟਰ ਵਿਕਰਮ ਬਰਾੜ ਨੇ ਗੌਂਡਰ ਦੇ ਪਰਿਵਾਰ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ ਸੀ। ਉਹਨਾਂ ਕਿਹਾ ਕਿ ਗੌਂਡਰ ਕਦੇ ਵੀ ਉਸਦਾ ਕਲਾਸਮੇਟ ਨਹੀਂ ਰਿਹਾ ਅਤੇ ਨਾ ਹੀ ਗੌਂਡਰ ਨਾਲ ਉਸਦਾ ਕੋਈ ਸੰਪਰਕ ਸੀ। ਉਧਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਕਿ ਸੂਬੇ ਵਿੱਚ ਪੁਲਿਸ ਦੀ ਪਕੜ ਤੋਂ ਬਾਹਰ ਚੱਲ ਰਹੇ ਗੈਂਗਸਟਰਾਂ ਖਿਲਾਫ਼ ਕਾਰਵਾਈ ਜਾਰੀ ਰਹੇਗੀ ਅਤੇ ਉਹ ਜ਼ਿਆਦਾ ਸਮੇਂ ਤੱਕ ਕਾਨੂੰਨ ਦੀ ਪਕੜ ਤੋਂ ਬਾਹਰ ਨਹੀਂ ਰਹਿ ਸਕਦੇ। ਉਹਨਾਂ ਇਹ ਵੀ ਆਖਿਆ ਕਿ ਭਾਵੇਂ ਗੈਂਗਸਟਰਾਂ ਨੂੰ ਕਾਨੂੰਨੀ ਕਾਰਵਾਈ ਚੋਂ ਲੰਘਣਾ ਹੋਵੇਗਾ ਪਰ ਸੂਬਾ ਸਰਕਾਰ ਉਹਨਾਂ ਦੇ ਮੁੜ ਵਸੇਵੇ ਲਈ ਵੀ ਹਰ ਸੰਭਵ ਯਤਨ ਕਰੇਗੀ। ਬਿਊਰੋ ਰਿਪੋਰਟ, ਸਪੋਕਸਮੈਨ TV।